हाँ जी जी असी पहुँच गए साइट के उत्ते हुण जिथे काम हो रहा है। कुछ नई चीज़ा लभिया ने जिहड़ियां कि जमाने की नज़र तो ओझल ने या टाइम के नाल नाल कह लो तुसी कि जिन्हां दे उत्ते मिट्टी पै गई है साड़ियां अखां तो ओझल सी असी भी नहीं देख सके। हालांकि हिस्टोरिकल फैक्ट लभी दे है हर बिल्डिंग के नाल एक फाउंडेशन हुंदी है। तारीखी बिल्डिंगा के नाल तकरीबन 6-6 फुट की फाउंडेशन हुंदी है जिन्हों चक के वो उत्ते फिर बिल्डिंग जिहड़ी है वो बनाई जाती है। पहले टेक्निकल तरीका यही सी ब्रिटिश पीरियड तो पहले कह लो तुसी ते मुगल पीरियड दे विच भी तकरीबन वो 6 फुट ही सी। सिख पीरियड च भी 6 फुट रहा लेकिन फिर वो फाउंडेशन जिहड़ियां ने 3 फुट च आ गईयां जदों ब्रिटिश पीरियड आया। ते आओ चलते हाँ देखते हाँ कि अज दियां नवी फाइंडिंग्स की ने कि कर रहे ने कादे ते काम चल रहा है। साडे जिहड़े आर्कीटेक्ट साहब ने उस्मान फैजी साहब इत्थे मौजूद ने लेबर दे नाल और कुछ लभ रहे ने इन्हां नूं मेरे नाल कोई चीज़ नवी कोई खुदाई करके लेबर दे नाल लगे हुए ने कुछ समझ नहीं आ रही है कि लभ्या की है इन्होंने। अस्सलाम वालेकुम जी फैजी साहब ए की तुसीं खुदाई शुरू कर दिती है? ਜਨਾਬ ਅਸੀਂ ਲੱਭ ਰਹੇ ਸੀ ਕਿ ਇਹਦਾ ਜਿਹੜਾ ਓਰੀਜਨਲ ਐਕਸਟਰਨਲ ਲੈਵਲ ਹੈਗਾ ਹਾਂਜੀ ਉਹ ਕਿੰਨਾ ਕੁ ਥੱਲੇ ਸੀ ਕਿਉਂਕਿ ਵਕਤ ਦੇ ਨਾਲ ਜਿਹੜੀ ਵੀ ਮਿੱਟੀ ਉਹਦੇ ਇਰਦ ਗਿਰਦ ਹੈਗੀ ਗੁਰਦੁਆਰੇ ਦੇ ਗੁਰਦੁਆਰਾ ਥੋੜ੍ਹਾ ਜਿਹਾ ਕੁਝ 4-4.5 ਇੰਚ ਓਰੀਜਨਲ ਲੈਵਲ ਤੋਂ ਥੱਲੇ ਆ ਗਿਆ ਅਤੇ ਜਦੋਂ ਅਸੀਂ ਥੋੜ੍ਹੀ ਜਿਹੀ ਖੁਦਾਈ ਕੀਤੀ ਹੈ ਤਾਂ ਸਾਨੂੰ ਇੱਕ ਤਾਂ ਉਹਦੀ ਦਹਿਲੀਜ਼ ਵੀ ਲੱਭ ਗਈ ਹੈ ਅੱਛਾ ਦਰਵਾਜ਼ੇ ਦੇ ਸਾਹਮਣੇ ਵਾਲੀ ਵੈਰੀ ਤਾਂ ਸਾਨੂੰ ਇਹ ਵੀ ਪਤਾ ਚੱਲ ਗਿਆ ਕਿ ਉਹਨਾਂ ਨੇ ਜਿਹੜੀ ਫਲੋਰਿੰਗ ਇਸਤੇਮਾਲ ਕੀਤੀ ਸੀ ਉਹ ਪਲੇਨ ਲਾਈਮ ਕੰਕਰੀਟ ਦੀ ਸੀ ਅਤੇ ਜਿਹੜਾ ਵੀ ਸੀਮੈਂਟ ਉਹਦੇ ਉੱਤੇ ਆਇਆ ਉਹਨੂੰ ਸਭ ਤੋਂ ਪਹਿਲੇ ਅਸੀਂ ਪਲੇਨ ਲਾਈਮ ਕੰਕਰੀਟ ਤੁਸੀਂ ਆਪਣੀ ਸਾਡੀ ਜ਼ਬਾਨ 'ਚ ਜਿਹਨੂੰ ਅਸੀਂ ਕੱਚ ਚੂਨਾ ਗੇਰੀ ਦੇ ਨਾਲ ਕਹਿੰਦੇ ਹਾਂ ਸੁਰਖੇ ਦੇ ਨਾਲ ਜੀ ਬਣੀ ਹੋਈ ਕੱਚ ਚੂਨਾ ਗੇਰੀ ਦੇ ਨਾਲ ਜਿਹੜੇ ਨਾਲ ਆ ਚਨਾਈ ਆ ਇਹਨੂੰ ਇਹ ਕਹਿ ਰਿਹਾ ਜੀ ਤੁਸੀਂ ਇਹਨੂੰ ਕੀ ਕਹਿੰਦੇ ਜੀ ਲਾਈਮ ਪਲੇਨ ਲਾਈਮ ਕੰਕਰੀਟ ਪਲੇਨ ਲਾਈਮ ਕੰਕਰੀਟ ਜੀ ਅੱਜ ਮੈਨੂੰ ਇਹਦਾ ਨਾਮ ਪਤਾ ਲੱਗਿਆ ਲੇਕਿਨ ਉੱਦਾਂ ਅਸੀਂ ਉਹਨੂੰ ਕੱਚ ਚੂਨਾ ਗੇਰੀ ਹੀ ਕਹਿੰਦੇ ਹਾਂ ਜਾਂ ਸੁਰਖਾ ਕਹਿੰਦੇ ਹਾਂ ਜਿਹੜਾ ਕਿ ਵਰਤਿਆ ਜਾਂਦਾ ਹੈ ਪਲਸਤਰ ਦੇ ਤੌਰ 'ਤੇ ਜਿਹੜਾ ਫਾਈਨ ਯੂਜ਼ ਹੁੰਦਾ ਸੀ ਉਸ ਵੇਲੇ ਉਹਦੀ ਗੱਲ ਕਰ ਰਹੇ ਨੇ ਕਿ ਥੱਲੇ ਤੁਸੀਂ ਦੇਖੋ ਇਹ ਫਾਊਂਡੇਸ਼ਨ ਜਿਹੜੀਆਂ ਨੇ ਨਿਕਲ ਆਈਆਂ ਨੇ ਨਜ਼ਰ ਆ ਰਹੀਆਂ ਨੇ ਬਕਾਇਦਾ ਤੌਰ ਦੇ ਉੱਤੇ ਦੈਟਸ ਦੀ ਗ੍ਰੇਟ। ਇਹਦੀ ਆਹ ਤਕਰੀਬਨ 6 ਫੁੱਟ ਦੂਰ ਤੱਕ ਲਾਈਨੇਜ ਨਜ਼ਰ ਆ ਰਹੀ ਹੈ ਇਹਦਾ ਮਤਲਬ ਹੈ ਕਿ ਗੁਰਦੁਆਰਾ ਜਿਹੜਾ ਪੂਰਾ ਫਾਊਂਡੇਸ਼ਨ ਬਣਾ ਕੇ ਉਸ ਤੋਂ ਬਾਅਦ ਉੱਤੇ ਗੁਰਦੁਆਰਾ ਖੜ੍ਹਾ ਕੀਤਾ ਗਿਆ ਜੀ। ਇਹ ਬਹੁਤ ਟੈਕਨੀਕਲ ਕਹਿ ਲਵੋ ਤੁਸੀਂ ਕਿ ਆਰਕੀਟੈਕਚਰ ਦਾ ਇੱਕ ਤਰੀਕਾਕਾਰ ਹੈ ਇਹ ਤਾਂ ਬਹੁਤ ਵਧੀਆ। ਅਤੇ ਅੱਜ ਦੀ ਹੋਰ ਕੀ ਤੁਹਾਡੀ ਫਾਈਂਡਿੰਗ ਹੈ ਜੀ ਕੁਛ ਪਤਾ ਚੱਲਿਆ ਸੀ ਕਿ ਤੁਸੀਂ ਕੁਛ ਨਵਾਂ ਵੀ ਲੱਭਿਆ? ਬਿਲਕੁਲ ਜੀ ਇਹ ਜਿਹੜਾ ਗੁਰਦੁਆਰੇ ਦੇ ਪਿੱਛੇ ਜਿਹੜਾ ਕੋਰੀਡੋਰ ਆਉਂਦੀ ਹੈ ਇੱਕ ਮਿੰਟ ਜੀ ਫੈਜ ਸਾਹਿਬ ਹੈ ਜ਼ਰਾ ਥੋੜ੍ਹਾ ਜਿਹਾ ਮਾਈਕ ਫੜੋ ਅਤੇ ਦੱਸੋ ਜ਼ਰਾ। ਬਿਲਕੁਲ ਜਿਹੜੀ ਜਿਵੇਂ ਤੁਸੀਂ ਸਾਨੂੰ ਵੇਖ ਰਹੇ ਸੀ ਕਿ ਅਸੀਂ ਦਰਵਾਜ਼ੇ ਦੀ ਦਹਿਲੀਜ਼ ਕੱਢ ਲਈ ਹੈ ਇਹ ਜਿਹੜੇ ਗੁਰਦੁਆਰੇ ਦੇ ਪਿੱਛੇ ਜਿਹੜਾ ਕੋਰੀਡੋਰ ਸੀ ਉਹਦਾ ਅਸੀਂ ਓਰੀਜਨਲ ਫਲੋਰ ਲੈਵਲ ਲੱਭਣਾ ਚਾਹ ਰਹੇ ਸੀ ਓਰੀਜਨਲ ਫਲੋਰ ਲੈਵਲ ਲੱਭਣਾ ਚਾਹ ਰਹੇ ਸੀ ਅਤੇ ਇਹ ਤੁਸੀਂ ਵੇਖ ਸਕਦੇ ਹੋ ਬਿਲਕੁਲ ਅੰਦਰ ਆ ਕੇ ਕਿ ਸਾਨੂੰ ਕੋਈ ਕਿੰਨਾ ਫੁੱਟ ਜਾਣਾ ਪਿਆ ਥੱਲੇ ਜੀ ਕੋਈ 9 ਤੋਂ 9 ਇੰਚ ਕਿਸੇ ਜਗ੍ਹਾ 1 ਫੁੱਟ ਕਿਉਂਕਿ ਜਿਹੜਾ ਓਰੀਜਨਲ ਫਲੋਰ ਹੈਗਾ ਉਹ ਵੀ ਥੋੜ੍ਹਾ ਜਿਹਾ ਬਿਲਕੁਲ ਸਿੱਧਾ ਨਹੀਂ ਰਿਹਾ ਹੁਣ ਉੱਤੇ ਥੱਲੇ ਹੈਗਾ ਅਤੇ ਮੈਂ ਤੁਹਾਨੂੰ ਇੱਕ ਹੋਰ ਜਗ੍ਹਾ ਵਿਖਾਉਂਦਾ ਜਿਹੜੀ ਬਿਲਕੁਲ ਇਹਦੀ ਬੈਕ ਸਾਈਡ 'ਤੇ ਹੈਗੀ ਹੈ ਜਿੱਥੇ ਇੱਕ ਹੋਰ ਡਿਸਕਵਰੀ ਸਾਡੀ ਹੋਈ ਸੀ। ਇਹਦੇ ਥੱਲੇ ਵੀ ਪੂਰਾ ਫਰਸ਼ ਹੈ ਹੈਗਾ ਗਾਚੂ ਦਾ ਬਿਲਕੁਲ ਪਲੇਨ ਜਿਹੜਾ ਫਲੋਰ ਹੈ ਪੂਰਾ ਇਹ ਪੂਰਾ ਫਲੋਰ ਹੈ ਇਹਦਾ ਹੀ ਹੈਗਾ। ਗ੍ਰੇਟ ਜੀ ਆਓ ਜੀ ਚਲੋ ਜੀ ਆਜ ਲੈ ਚਲੋ ਉੱਥੇ ਵੀ ਜ਼ਰੂਰ ਆ ਜਾ ਧਿਆਨ ਨਾਲ ਤੇ ਇਹ ਤਾਰ ਕੋਈ ਨਜ਼ਰ ਆ ਰਹੀ ਹੈ ਜੀ ਜੀ ਐਸ ਹੀ ਸੋਚ ਰਹੇ ਨੇ ਕਿ ਇਹ ਜਿਹੜੀ ਅਰਥ ਵਾਇਰ ਹੁੰਦੀ ਸੀ ਨਾ ਜਿਹੜੀ ਡੋਮ ਤੱਕ ਜਾਂਦੀ ਸੀ ਉਤਲੇ ਵਾਲੇ ਗੁੰਬਦ ਤੱਕ ਬਿਲਕੁਲ ਉਹਨੂੰ ਬਚਾਉਣ ਦੇ ਵਾਸਤੇ ਉਹਦੀ ਅਰਥਿੰਗ ਕਰਨ ਦੇ ਵਾਸਤੇ ਇਹ ਵਾਇਰ ਜਿਹੜੀ ਹੈ ਉੱਤੇ ਤੱਕ ਜਾ ਰਹੀ ਹੈ ਲੇਕਿਨ ਇਹਦੀ ਜ਼ਿਆਦਾ ਇਨਵੈਸਟੀਗੇਸ਼ਨ ਅਸੀਂ ਅਜੇ ਕਰਨੀ। ਉਹ ਵੈਸੇ ਟੈਕਨੀਕਲ ਤਰੀਕਾ ਹੈ ਨਾ ਇੱਥੇ ਕੋਈ ਵੀ ਬਿਲਡਿੰਗ ਜਦੋਂ ਬਣਦੀ ਹੈ ਤੇ ਉਹਨੂੰ ਉਹਦੇ ਅਰਥ ਵਾਸਤੇ ਜਿਹੜਾ ਬਿਲਕੁਲ ਔਰ ਬੜੀ ਮੋਟੀ ਤਾਰ ਲਾਈ ਗਈ ਹੈ ਬਿਲਕੁਲ ਬ੍ਰਿਟਿਸ਼ ਪੀਰੀਅਡ ਦੇ ਵਿੱਚ ਕੀਤਾ ਹੋਣਾ ਜਦੋਂ ਮਾਡਰਨਾਈਜੇਸ਼ਨ ਆ ਗਈ ਔਰ ਦੂਸਰਾ ਇੱਕ ਦੀਆ ਰੱਖਣ ਦੀ ਜਗ੍ਹਾ ਵੀ ਜਿਹੜੀ ਹੈ ਬੜੀ ਖੂਬਸੂਰਤ ਇੱਥੇ ਬਣੀ ਹੋਈ ਹੈ ਤੁਸੀਂ ਉੱਤੇ ਵੇਖ ਸਕਦੇ ਹੋ। ਆਹ ਦੇਖੋ ਜੀ ਜੋਤ ਜਗਾਉਣ ਦੀ ਜਗ੍ਹਾ ਹੈ ਜੀ ਇਸ ਜਗ੍ਹਾ ਦੇ ਉੱਤੇ ਇਹ ਵੀ ਜਗ੍ਹਾ ਸਾਫ ਸੂਫ ਕਰਕੇ ਇਹਨਾਂ ਨੇ ਇਹਦੀ ਪੂਰੀ ਨੀਹਾਂ ਕੱਢ ਲਈਆਂ ਨੇ ਅਤੇ ਸਾਨੂੰ ਹੁਣ ਦਿਖਾਉਣਗੇ ਉੱਤੋਂ ਕਿ ਵੀ ਉੱਤੇ ਇਹਨਾਂ ਨੇ ਕੁਛ ਹੋਰ ਡਿਸਕਵਰ ਕੀਤਾ ਔਰ ਕੁਛ ਚੀਜ਼ਾਂ ਵੀ ਬਿਲਕੁਲ ਬੈਕ ਸਾਈਡ ਨੇ ਪੁਰਾਣੀਆਂ ਜਿਹੜੀਆਂ ਕਿ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ ਉਹ ਟਾਈਮ ਬਾਈ ਟਾਈਮ ਅਸੀਂ ਤੁਹਾਡੇ ਨਾਲ ਜ਼ਿਕਰ ਕਰਦੇ ਰਹਾਂਗੇ। ਰਸਤਾ ਥੋੜ੍ਹਾ ਜਿਹਾ ਲੰਬਾ ਹੈਗਾ ਕੋਈ ਗੱਲ ਨਹੀਂ ਜੀ ਮਸਲਾ
ਇਹ ਅਸਾਂ ਆ ਗਏ ਨੇ ਗੁਰਦੁਆਰੇ ਦੀ ਬੈਕ ਸਾਈਡ 'ਤੇ, ਅਤੇ ਤੁਸੀਂ ਵੇਖ ਰਹੇ ਹੋ ਇੱਕ ਟਿੱਲਾ ਹੈਗਾ ਜਿਹੜਾ ਗੁਰਦੁਆਰੇ ਦੀ ਬੈਕ ਸਾਈਡ ਨੂੰ ਲੱਗ ਰਿਹਾ ਸੀ। ਅਤੇ ਪਹਿਲੇ ਤਾਂ ਸਾਨੂੰ ਲੱਗਿਆ ਕਿ ਇਹ ਸਾਰਾ ਦਾ ਸਾਰਾ ਪੱਥਰ ਹੈਗਾ, ਲੇਕਿਨ ਜਦੋਂ ਅਸੀਂ ਖੁਦਾਈ ਸ਼ੁਰੂ ਕੀਤੀ ਤਾਂ ਸਾਨੂੰ ਸਮਝ ਆਈ ਕਿ ਪੁਰਾਣੇ ਜ਼ਮਾਨੇ 'ਚ ਪਾਣੀ ਨੂੰ ਰੋਕਣ ਦੇ ਲਈ ਪਿੱਛੇ ਇੱਕ ਉਹਨਾਂ ਨੇ ਨਾਲਾ ਵੀ ਬਣਾਇਆ ਸੀ। ਅਤੇ ਉਹ ਬਿਲਕੁਲ ਜ਼ਰੂਰ ਆ ਜਾ ਜ਼ਰੂਰ ਰੇਨ ਵਾਟਰ ਡਰੇਨੇਜ ਜਿਹੜਾ ਸੀ ਜੀ। जी बिल्कुल, यह जिहड़ा पुराने जमाने का जिहड़ा नाला सी कि जो बारिशां होंदियां सन ताकि यह दीवार नूं जाके सिर्फ टकरे ना पानी, उन्होंने एक सिस्टम बनाया होया सी जिहड़े खब्बे पासे ते सज्जे पासे भी, अजे खुदाई उत्थे खत्म नहीं हुई पानी नूं। तुसीं हले अगे जाना है, अगे अजे जाना है, यह पूरा दा पूरा इस लैवल ते आ जाएगा जिहड़ी बैक साइड हैगी है। ठीक हो गया जी। ते पूरा दा पूरा नाला भी एक्सपोज हो जाएगा, ते तुसीं यह भी वेख रहे हो कि दीएदान दिया रखण दे लई जगह भी उन्हां असीं अनकवर कर रहे ने जिहड़ी पहले मट्टी दे थले सी। ਅਤੇ ਇਹ ਜਿਹੜੀ ਲਾਈਨ ਹੈਗੀ ਹੈ ਇੱਥੇ ਸਾਰੀ ਮੱਟੀ ਸੀ। ਇਹ ਬਿਲਕੁਲ ਦੇਖੋ ਤੁਸੀਂ ਪੂਰੀ ਲਾਈਨ ਸ਼ੋ ਹੋ ਰਹੀ ਹੈ, ਇਹ ਕੱਢੀ ਹੈ ਜੀ। ਔਰ ਆਹ ਡਰੇਨੇਜ ਹੈ, ਅਜੇ ਤੱਕ ਤਾਂ ਇਹੋ ਹੀ ਡਰੇਨੇਜ ਸਾਨੂੰ ਲੱਭਿਆ ਜੀ ਜੀ। ਅਤੇ ਉਸ ਤੋਂ ਇਲਾਵਾ ਤੁਸੀਂ ਵੇਖ, ਬਿਲਕੁਲ ਤੁਸੀਂ ਵੇਖ ਸਕਦੇ ਹੋ ਇੱਥੇ ਪੁਰਾਣੀ ਇੱਟਾਂ ਦਾ ਕੰਮ, ਪੁਰਾਣੇ ਜਿਹੜੀ ਚੀਜ਼ਾਂ ਟੁੱਟੀਆਂ ਹੋਈ ਉਹ ਟੁੱਟ ਗਈਆਂ ਸਨ। ਠੀਕ ਹੈ ਜੀ, ਉਹ ਅਸੀਂ ਸਾਰੀ ਕਲੈਕਟ ਕਰ ਲਈਆਂ ਨੇ ਅਤੇ ਅਸੀਂ ਉਹਨਾਂ ਨੂੰ ਕੈਟਲੋਗ ਕਰਨਾ ਹੈ ਅਤੇ ਵੇਖਣਾ ਹੈ ਕਿ ਉਹਨਾਂ ਨੂੰ ਅਸੀਂ ਫਰਦਰ ਇਨਵੈਸਟੀਗੇਟ ਕਰੀਏ ਅਤੇ ਸਾਨੂੰ ਕੀ ਮਾਲੂਮਾਤ ਲੱਭ ਸਕਦੀਆਂ ਨੇ ਇਸ ਗੁਰਦੁਆਰੇ ਦੇ ਬਾਰੇ ਵਿੱਚ। ਚਲੋ ਥੈਂਕ ਯੂ ਜੀ, ਬਹੁਤ ਜ਼ਿਆਦਾ ਸ਼ੁਕਰੀਆ ਜੀ ਆਪ ਜੀ ਦਾ ਕਿ ਤੁਸੀਂ ਇੰਨੀ ਮਾਲੂਮਾਤ ਦਿੱਤੀ ਸਾਨੂੰ ਅੱਜ ਦੇ ਪ੍ਰੋਗਰਾਮ ਦੇ ਬਾਰੇ। ਹਾਂਜੀ ਜੀ, ਗੁਰਪਿਆਰੀ ਸੰਗਤ ਜੀ, ਅਸੀਂ ਪਹੁੰਚ ਗਏ ਅਸੀਂ ਥਰਡ ਫਲੋਰ ਦੇ ਉੱਤੇ ਜਿੱਥੇ ਕਿ ਗੁੰਬਦ ਨੂੰ ਰੀਸਟੋਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਹੁਣ ਉਹਦੀ ਸਫਾਈ ਕਰ ਦਿੱਤੀ ਗਈ ਹੈ ਗੁੰਬਦ ਦੇ ਉੱਤੋਂ, ਯਾਨੀ ਕਿ ਬੁਰਸ਼ ਦੇ ਨਾਲ ਸਫਾਈ ਕੀਤੀ ਗਈ ਹੈ, ਕੋਈ ਤੋੜਿਆ ਨਹੀਂ ਗਿਆ। ਦੇਖੋ ਤੁਸੀਂ ਓਰੀਜਨਲ ਸਰਫੇਸ ਜਿਹੜੀ ਇਹਦੀ ਕੱਢ ਲਈ ਗਈ ਹੈ। ਠੀਕ ਹੈ ਜੀ, ਹੁਣ ਇਹਦੇ 'ਤੇ ਪ੍ਰਜ਼ਰਵਿੰਗ ਦਾ ਕੰਮ ਸ਼ੁਰੂ ਹੋਏਗਾ। ਹਾਂ ਤੁਸੀਂ ਦੇਖ ਲਓ ਫਰਸ਼ ਵੀ ਜਿਹੜਾ ਸਾਫ਼ ਕਰ ਦਿੱਤਾ ਗਿਆ। ਰੱਸੀ ਲਾ ਕੇ ਨੋ ਐਂਟਰੀ ਕਰ ਦਿੱਤਾ ਗਿਆ ਤਾਂ ਕਿ ਹੋਰ ਲੋਕ ਨਾ ਆਉਣ ਉੱਤੇ। ਠੀਕ ਹੈ ਜੀ, ਹੋਰ ਇੱਥੋਂ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਜਿਹੜੀ ਸਫਾਈ ਕੀਤੀ ਗਈ ਸਾਰੀ। ਠੀਕ ਹੈ ਜੀ, ਉਹ ਟੀਮ ਲੱਗੀ ਪਈ ਹੈ ਸਾਡੇ ਥੱਲੇ। ਜਿੱਥੇ ਫਲੋਰ ਉਹਨਾਂ ਨੇ ਕੱਢਿਆ ਥੱਲੋਂ, ਠੀਕ ਹੈ ਜੀ, ਇਹ ਫੋਰੈਸਟ ਦਾ ਏਰੀਆ ਜੀ, ਪੰਜਾਬੀ ਫੋਰੈਸਟਰੀ ਦਾ, ਪੰਜਾਬ ਫੋਰੈਸਟਰੀ ਦਾ ਸੋਰੀ। ਰੋਹਤਾਸ ਕਿਲ੍ਹੇ ਦਾ ਤਲਾਕੀ ਗੇਟ ਹੈ ਉੱਤੇ।